ਲਾਤੀਆਂ ਜੀ, ਇੰਨੇ ਬਣਦੇ ਨੇ ਰੁਪਈਏ, ਐਂ ਚੱਲਦਾ ਹੁਣ ਕੰਮ ਹੈ, ਇੰਨੀਆਂ ਰੌਲਾਂ ਲਾਤੀਆਂ, ਇੱਕ ਰੌਲ ਦੇ ਇੰਨੇ ਬਣਦੇ ਨੇ, ਚੁੱਪ ਕਰਕੇ ਜੇਬ 'ਚ ਪਾ ਲੈਣੇ ਨੇ, ਇਹ ਨਹੀਂ ਪਤਾ ਪੂਜਾ ਦਾ ਮਾਲ ਹੈ, ਇਹ ਤਾਂ ਹੱਡ ਖਾ ਜੂ, ਮੱਤ ਮਾਰ ਦੂ, ਇਹਨੇ ਉੱਦਮ ਨਹੀਂ ਕਰਨ ਦੇਣਾ, ਪੂਜਾ ਦਾ ਇਹ ਧਨ ਹੈ, ਹੱਡ ਗਾਲੇ, ਮੱਤ ਮਾਰੇ ਅਤੇ ਉੱਦਮ ਕਰਨ ਨਾ ਦੇਣ, ਇਹ ਇਹਨਾਂ 'ਤੇ ਉੱਠਿਆ ਵੀ ਨਹੀਂ ਜਾਂਦਾ ਹੁੰਦਾ, ਨਾ ਉੱਠ ਸਕਣ, ਇਹਨਾਂ ਦੇ ਹੱਡ ਗਲ ਜਾਂਦੇ ਨੇ, ਜਿਹੜੇ ਗੁਰੂ ਦਾ ਧਾਨ ਬਿਨਾਂ ਸੇਵਾ ਤੋਂ ਖਾਂਦੇ ਨੇ, ਹੱਡ ਗਾਲਣ, ਮੱਤ ਮਾਰ, ਮੱਤ ਨਹੀਂ ਉਹਨਾਂ ਦੀ ਰਹਿੰਦੀ, ਮੱਤ ਭ੍ਰਿਸ਼ਟ ਜਾਂਦੀ ਆ, ਉਹਨਾਂ ਦੀ ਮੱਤ ਵੀ ਕੰਮ ਕਰਨੋਂ ਹਟ ਜਾਂਦੀ ਹੈ, ਤਿਰਗ ਸੇਵਾ ਬਿਨ ਹੱਥ ਪੈਰ, ਤਿਰਗ ਹੈ ਤੇਰਾ ਇਹ ਜੇ, ਮੈਂ ਆਇਆ, ਮੈਂ ਆਇਆ, ਮੈਂ ਆਇਆ, ਕਾਹਦਾ ਮੈਂ ਹੈ, ਮੈਂ ਦੇ ਗਲ 'ਤੇ ਛੁਰੀ ਹੈ। ਮੈਂ ਇੱਕ ਹੋਰ ਪ੍ਰਮਾਣ ਦੇ ਰਿਹਾ, ਸਰੀਰ ਨਾਲ ਸੇਵਾ ਹੀ ਕਰ ਲਓ, ਜੇ ਤੁਸੀਂ ਧਨ ਨਹੀਂ ਖਰਚ ਸਕਦੇ, ਸੁਰਤੀ ਨਹੀਂ ਤੁਹਾਡੀ ਉੱਥੇ ਲੱਗ ਸਕਦੀ, ਮਨ ਵੀ ਨਹੀਂ ਉੱਧਰ ਨੂੰ ਹੈ, ਤੁਹਾਡਾ ਵੀ ਇਹ ਕਾਰਜ ਸਿਰੇ ਚੱਲ ਜਾਈਏ ਤਾਂ ਹੁੰਦੇ ਹੀ ਰਹਿੰਦੇ ਨੇ, ਹੋਰ ਸੰਗਤ ਚਲੀ ਜਾਊਗੀ, ਇਹੋ ਜਿਹੇ ਲੋਕਾਂ ਦਾ ਵੀ ਦਿਖਾਵਾ ਹੀ ਹੈ, ਦਿਖਾਵਾ ਹੈ, ਦਿਖਾਵਾ ਸੇਵਕ ਦਾ, ਇਹ ਕੁੱਤੋਂ ਹੀ ਦਿਖਦਾ, ਬੜਾ ਸੋਹਣਾ, ਬੜੇ ਸੋਹਣੇ ਕੱਪੜੇ ਚਿੱਟੇ ਪਾਏ ਨੇ, ਆਹਾ ਹਾ ਹਾ ਗਾਤਰਾ ਕਿਹਾ ਜਿਹਾ ਪਾਇਆ, ਕੋਈ ਕਮਾਈ ਵੀ ਕਰਦਾ, ਕੋਈ ਕਮਾਈ ਵੀ ਕੀਤੀ ਹੈ ਕਦੀ, ਤਨ ਮਨ ਤਨ ਸਭ ਸੌਂਪ ਗੁਰੂ ਕੋ, ਤੂੰ ਤਨ ਨਾਲ, ਮਨ ਨਾਲ, ਤਨ ਨਾਲ, ਬਾਣੀ ਨਾਲ, ਜੇ ਹੋਰ ਨਹੀਂ। ਆਹ ਦੇਖੋ ਹੁਣ ਸਰੀਰ ਤੋਂ ਉੱਤੋਂ ਦੀ ਰਕਮ ਬੀਬਾ ਸਾਹਿਬ ਦਾ, ਮੈਂ ਅੱਜ ਕੋਈ 9 ਵਜੇ ਆ ਗਿਆ, ਮੈਂ ਕਿਹਾ ਅੱਜ ਚੈੱਕ ਕਰੀਏ, ਆਹ ਦੇਖੇ ਜੀ ਪਏ ਅੱਧੇ, ਇੱਕ ਦੋ ਲੋਥਾਂ ਪਈਆਂ, 2-3 ਕੁ ਪਏ, ਉਹ ਮਲੋਥਾਂ ਹੀ ਹੁੰਦੀਆਂ ਨੇ, 9 ਵਜੇ ਵੀ ਪਏ, ਤਰਕਾਰ ਹੈ, ਉਹ ਮੰਜੇ ਕਿਵੇਂ ਚੱਲਦੇ ਨੇ ਤੁਹਾਨੂੰ, ਆਹ ਅਵਸਥਾ ਕਿਹੜੀ ਹੈ, ਕਿਹੜੇ ਵੇਲੇ ਉੱਠਦੇ ਆ, ਅੰਮ੍ਰਿਤ ਵੇਲੇ, ਫਿਰ ਇਹਨਾਂ ਸ੍ਰਿਸ਼ਟੀ ਦੇ ਹੀ ਬੋਝ ਚੁੱਕੀ ਖੜੇ ਹਾਂ ਇੱਥੇ, ਜਿਹੜੇ ਹੋਰ ਨਹੀਂ ਤਾਂ ਇੱਕ ਦੁਖਿਆਰੇ ਦਾ ਨਹੀਂ, ਧੱਕਾ ਪੈਂਦਾ ਐਤਵਾਰ ਨੂੰ, ਤੁਸੀਂ ਆਪ ਹੀ ਸੋਚ ਲਿਓ, ਡਾਕਟਰਾਂ ਦੀ ਨਾ ਹੋ ਜਾਂਦੀ ਹੈ, ਵੈਦਾਂ ਦੀ ਨਾ ਹੋ ਜਾਂਦੀ ਹੈ, ਉੱਥੇ ਉਹ ਕਿਹਦੇ ਲੇਖੇ ਲੱਗ ਰਿਹਾ ਹੈ, ਅਸੀਂ ਵੀ ਕੁਛ ਦੇਖ ਕੇ ਕਰ ਰਹੇ ਹਾਂ, ਕਿੰਨਾ ਹੋ ਰਿਹਾ ਹੈ, ਇੰਨਾ ਬੋਝ ਚੁੱਕੀ ਖੜਿਆ। ਇਹ ਗੱਲਾਂ ਨਾਲ ਨਹੀਂ, ਇੱਕ ਮਹਾਂਪੁਰਸ਼ ਨੂੰ ਮੈਂ, ਬਾਬਾ ਜੀ ਆ ਗਏ, 2 ਹੋ ਗਏ ਇਕੱਠੇ, 3 ਹੋ ਗਏ, ਮੈਂ ਕਿਹਾ ਮਹਾਰਾਜ ਜਿਹੜੇ ਆ ਪਾਠੀ ਪਾਠ, ਚਲੋ ਨਿਰਵਾਹ ਜੋਗੀ ਲੈ ਲਓ ਮਾਇਆ ਤੁਸੀਂ, ਜਿਹਦੇ ਨਾਲ ਤੁਹਾਡਾ ਨਿਰਵਾਹ ਹੋ ਜੇ, ਜਿਹੜੀ ਇੰਨੀ ਪੂਜਾ ਦਾ ਧਨ ਹੈ, ਇਹ ਕੀ ਕਰੂਗਾ, ਇਹ ਕਿੱਥੇ ਜਜ਼ਬ ਹੋਊਗਾ, ਇਹਨੂੰ ਹਜ਼ਮ ਕੌਣ ਕਰੂਗਾ, ਮੇਰੇ ਕੋਲ ਬਹੁਤ ਆਉਂਦੀ ਆ ਮਾਇਆ, ਮੈਂ ਤਾਂ ਪੁੱਛੋ ਜੇ 1 ਲੱਖ ਆਉਂਦੀ ਹੈ, 1.25 ਲੱਖ, 1.5 ਲਾਉਣਾ, 2 ਲਾਉਣਾ, ਖੜੇ ਹੀ ਇੱਧਰ ਹੀ ਚੱਲ, ਜਿੱਧਰੋਂ ਆਈ ਹੈ ਲੱਗ ਜਾ, ਲੇਖੇ ਲੱਗ ਜਾ, ਮੇਰੀ ਜ਼ਿੰਦਗੀ ਲੰਘੀ ਹੈ, ਪਰ ਹੇ ਵਾਹਿਗੁਰੂ ਵਰਤਾਂ ਵਿੱਚ ਵੀ ਹੈ, ਨਾ ਪਾਈ, ਨਾ ਨਾ ਨਾ, ਆਹ ਮਾਇਆ ਜੀ ਇੰਨੇ ਅਖੰਡ ਪਾਠਾਂ ਦੀ, ਉਹ ਜਮੀਨ ਸਿਓ ਹੈ ਖਜ਼ਾਨਚੀ ਹੌਲਦਾਰ, ਉੱਥੇ ਜਮ੍ਹਾਂ ਕਰਾਇਆ, ਜੋ ਪਾਜੋ ਇੱਥੇ ਹੀ ਲਾ ਲੂ ਲਿਓ, ਇਹ ਨਹੀਂ ਕਿ ਉਰੇ ਫੜਾ ਤੂੰ ਪਾਈਏ ਜੇਬ 'ਚ, ਗੀਜੇ 'ਚ ਪਾ ਲਈਏ, ਐਸੀ ਨਹੀਂ ਸੀ। ਇੱਕ ਪ੍ਰਮਾਣ ਸੁਣਨ ਵਾਲਾ ਹੈ, ਉਹ ਸੁਣ ਲਿਓ, ਮਹਾਂਪੁਰਖ ਦਾ
ਬਹੁਤ ਅੱਧੀ ਸਦੀ ਤੇ ਗੇੜੇ ਤੋਂ ਉੱਤੇ ਹੀ ਜਾਂਦਾ ਕੰਮ, ਅੱਧੀ ਸਦੀ ਤੋਂ ਉੱਤੇ ਹੈ। ਤਾਂ ਗੱਲ ਆਪ ਵੀ ਸੁਣਦੇ ਹੋ, ਵੀ ਵੇਰਾਣਿਓ ਸੁਣਦੇ ਹੋ ਤੁਸੀਂ ਵੀ? ਸ਼ੁਕਰ ਹੈ, ਸ਼ੁਕਰ ਹੈ। ਸਤਿ ਸ਼੍ਰੀ ਅਕਾਲ ਨਹੀਂ ਕਿਸੇ ਨੇ ਕਿਹਾ, ਹੁਣ ਵੱਜਿਆ ਨਾ ਠਾਠ ਥੋੜ੍ਹਾ ਜਿਹਾ। ਕਹਿੰਦੇ ਜਿਹੜੀਆਂ ਵੀ ਬਸ ਹੈ ਧਿਆਨ ਨਾਲ, ਜਿਹੜੀ ਗਿੱਲੀ ਲੱਕੜ ਵੱਢ ਕੇ ਲਿਆਓਗੇ, ਗਿੱਲੀ ਰਸ ਵੀ ਚਾਹੁੰਦਾ ਹੁੰਦਾ, ਉਹਦਾ ਕਸ ਵੀ ਉੱਥੇ ਹੀ ਹੋਊਗਾ ਜਿਹਦੇ 'ਚ ਰਸ ਹੋਊਗਾ, ਰਸ ਕਸ। ਲੱਕੜੀ ਵੱਢ ਲਿਆਂਦੀ, ਟਾਹਲੀ ਹੈ, ਕਿੱਕਰ ਹੈ, ਮੰਨ ਲਿਆ ਭਾਰੀ ਹੈ, ਬਰੋਟਾ ਹੈ, ਪਿੱਪਲ ਹੈ, ਹਰੀ ਕਚੂਰ ਪਈ ਹੈ। ਹੁਣ ਕਹਿੰਦੇ ਹੁਣੇ ਬਾਲਦੀ ਹੈ, ਚੁੱਲ੍ਹਾ ਛੋਟਾ ਜਿਹਾ, ਚੁੱਲ੍ਹੇ 'ਚ ਵੀ ਨਹੀਂ ਆਉਣੀ ਉਹ ਤਾਂ। ਫਿਰ ਮਖ ਮਹਾਰਾਜ, ਮੇਰੇ ਸਮਝ ਨਹੀਂ ਅਜੇ ਆ ਰਹੀ। ਦੋ ਤਿੰਨ ਮਹਾਤਮਾ ਇਕੱਠੇ ਹੋ ਗਏ, ਤੋ ਮਹਾਂਪੁਰਸ਼ ਇਹੀ ਵਚਨ ਬਾਬਾ ਜੀ ਦਾ, ਕਹਿਣ ਲੱਗੇ ਗੋਬਿੰਦਗੜ੍ਹ ਮੇਲ ਹੈਗਾ? ਮਖਾਂ ਹਾਂਜੀ। ਕਹਿੰਦੇ ਉੱਥੇ ਦੇਖੋ ਪਾਣੀ ਮੰਗੂ, ਲੋਹਾ ਢਲਦਾ, ਪਾਣੀ ਮੰਗੂ। ਇਹਨੂੰ ਅੱਗ ਕਿੰਨੀ ਚਾਹੀਦੀ ਹੈ? ਧਿਆਨ ਨਾਲ ਸੁਣ ਰਹੇ ਹੋ? ਅੱਗ ਕਿੰਨੀ ਚਾਹੀਦੀ ਹੈ? ਜੇ ਛੋਟਾ ਜਿਹਾ ਡੱਕਰੂ ਬਣਾ ਲਓਗੇ, ਇੱਕ ਡੱਕਰਾ ਟੁਕੜਾ, ਉਹਨੂੰ ਅੱਗ 'ਚ ਸਿੱਟੋਗੇ, ਉਹਨੇ ਤਾਂ ਅੱਗੇ ਬੁਝਾ ਦੇਣੀ ਹੈ। ਜਿਹੜਾ ਚੁੱਲ੍ਹੇ 'ਚ ਨਹੀਂ ਆਉਂਦਾ, ਉਹਨੇ ਅੱਗ ਆਪੇ ਹੀ ਬੁਝਾ ਦੇਣੀ ਹੈ। ਕਿੱਕਰ ਦੇ ਮੁੱਛ ਬੜੇ ਬੜੇ, ਕਿੱਕਰ ਜੇ ਕਹੋਗੇ ਹੁਣੇ ਫੂਕ ਦਿਓ, ਹੁਣੇ ਰਾਖ ਬਣਾ ਦਿਓ, ਉਹਨੂੰ ਅਗਨੀ ਦੀ ਕਿੰਨੀ ਲੋੜ ਹੈ? ਪਾਪ ਜਿਹਨੇ ਪੂਜਾ ਖਪਾਉਣੀ ਹੈ, ਉਹਨੂੰ ਜਪਦੀ, ਤਪਦੀ, ਸੇਵਾ ਦੀ, ਸਿਮਰਨ ਦੀ ਕਿਤਨੀ ਕੁ ਲੋੜ ਹੈ? ਤਪੱਸਿਆ ਕੀਤੀ ਹੋਊ ਜਿਹੜੀ ਆਉਂਦਿਆਂ ਦੀ ਮਾਇਆ ਨੂੰ ਜਜ਼ਬ ਕਰ ਦੇਵੇ। ਆਪ ਸੁਣਿਆ ਕੁਛ? ਸੇਵਾ ਕਰਤ ਹੋਏ ਨਿਹ ਕਾਮੀ, ਤਾਂ ਕੋ ਹੋਤ ਪ੍ਰਾਪਤ ਸੁਆਮੀ। ਅਸੀਂ ਤਾਂ ਵੀ ਇੱਛਾ ਲੈ ਕੇ ਇੱਕ ਰੁਪਈਆ, ਦਸ ਰੁਪਈਏ ਮਸਾਂ ਫੜਾਉਂਦੇ ਹਾਂ। ਮਹਾਰਾਜ ਵੀਹ ਮੇਰੇ ਕੋਲ ਗੁਣਾਉਂਦੇ ਨੇ ਆਪਦੇ ਘਰ ਦੇ ਸਵਾਲ, ਉਹਨਾਂ 'ਤੇ ਕਿਸ 'ਤੇ ਟੈਕਸ ਨਹੀਂ ਲਾਇਆ, ਕੋਈ ਰੱਖੋ ਕੋਈ ਨਾ, ਕੋਈ ਜਾਓ ਕੋਈ ਆਓ। ਕਿੰਨੀ ਤਪੱਸਿਆ ਦੀ ਲੋੜ ਪਵੇਗੀ? ਇਹ ਲੱਕੜੀਆਂ ਗਿੱਲੀਆਂ 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 ਰਸ ਚਾਹੁੰਦਾ, ਕਿਤਨੀ ਤਪੱਸਿਆ ਇਹਨੂੰ, ਕਿਤਨੀ ਅਗਨੀ, ਤੇਜ਼ ਪ੍ਰਤਾਪ, ਤੇਜ਼ ਪ੍ਰਤਾਪ, ਕਿਤਨੀ ਤਪੱਸਿਆ ਹੋਏਗੀ ਜਿਹੜੀ ਉਹਨੂੰ ਸਾਰੇ ਨੂੰ ਰਾਖ ਬਣਾ ਦੇਵੇਗੀ। ਐਡੀ ਵੱਡੀ ਸੇਵਾ, ਸੇਵਾ ਕਰਤ ਕਰੋ, ਲੈ ਵੀ ਲਓ ਮਾਇਆ, ਪਰ ਉਹਨੂੰ ਜਜ਼ਬ ਕਰ ਲਿਓ ਵੀ ਇੰਨਾ ਮੇਰਾ ਜਪ ਹੈ, ਮੇਰਾ ਤਪ ਹੈ, ਮੇਰਾ ਸਿਮਰਨ ਹੈ। ਜੇ ਤਾਂ ਮੁੜ ਕੇ ਤੁਸੀਂ ਸਤਿਯੁਗ ਲਿਆਉਣਾ, ਤਾਂ ਇਹ ਮੇਰੇ ਬਚਨਾਂ 'ਤੇ ਤੁਸੀਂ ਥੋੜ੍ਹਾ ਬਹੁਤਾ ਮੈਂ ਸ਼ੰਕਰ ਹੋ ਜਾਓ, ਨਹੀਂ ਤਾਂ ਪੂਜਾ ਦੀਆਂ, ਇਹ ਪੂਜਾ ਦਾ ਸਮਾਨ ਹੈ, ਇਹ ਤਾਂ ਹੱਡ ਗਾਲਣ, ਕੋਈ ਭੋਜਨ ਛਕ ਲਿਆ, ਕਮਾਈ ਕੀਤੀ ਨਹੀਂ, ਹੱਡ ਗਾਲਣ, ਮੱਤ ਮਾਰਨ, ਹੱਡ ਵੀ ਗਲ ਜਾਂਦੇ ਹੁੰਦੇ ਨੇ ਪੂਜਾ ਵਾਲਿਆਂ ਦੇ, ਮੱਤ ਵੀ ਮਾਰੀ ਜਾਂਦੀ ਹੈ, ਭ੍ਰਿਸ਼ਟ ਹੋ ਜਾਂਦੀ ਹੈ। ਅਤੇ ਉੱਦਮ ਕਰਨ ਨਾ ਦੇਣ, ਉੱਦਮ ਵੀ ਨਹੀਂ ਰਹਿੰਦਾ ਵੀ ਉੱਠ ਕੇ ਆਹ ਕੰਮ ਕਰ ਲਈਏ ਅਸੀਂ, ਜੀ ਉੱਠਿਆ ਹੀ ਨਹੀਂ ਜਾਂਦਾ। ਮੇਰੇ ਕੋਲ ਕਹਿਣਗੇ ਐਤਵਾਰ ਨੂੰ, ਜੀ ਉੱਠਿਆ ਹੀ ਨਹੀਂ ਜਾਂਦਾ ਹੈ, ਕਾਹਨੂੰ ਉੱਠਣਾ ਹੈ, ਤੈਨੂੰ ਲੱਕੜੀਆਂ 'ਤੇ ਨਾ ਧਰ ਦਈਏ,
ਹੋਰ ਕਿਆ ਕਰੀਏ ਤੇਰਾ, ਕੀ ਹੋਏਗਾ? ਗੁਰ ਕੇ ਤਨ ਕੋ, ਮੈਂ ਪਿੱਛੇ ਬੋਲਿਆ ਸੀ ਇੱਕ ਦਿਨ, ਗੁਰ ਕੇ ਤਨ ਕੋ ਨਰ ਜੋ ਹਰ ਹੈ ਕੁਲ ਇੱਕ ਦੀਵਾਨ ਸੀ। ਗੁਰ ਕੇ ਤਨ ਕੋ ਜੋ ਨਰ ਹਰ ਹੈ ਹੱਥ ਤੇਜ਼ ਬਭੂਤ ਦੁਖੀ ਮਰ ਹੈ। ਜਿਹੜੇ ਗੁਰੂ ਦੇ ਧਨ ਨੂੰ ਚੁਰਾਉਂਦੇ ਨੇ, ਚੁੱਕਦੇ ਨੇ ਹੱਥ ਤੇਜ਼, ਉਹਨਾਂ ਦਾ ਤੇਜ਼ ਪ੍ਰਤਾਪ ਨਹੀਂ ਰਹਿਣਾ, ਕਿਸੇ ਨੇ ਉਹਨਾਂ ਦੀ ਗੱਲੇ ਨਹੀਂ ਸੁਣਨੀ, ਮੰਨਣੀ ਤਾਂ ਕੀ ਹੈ, ਕਮਾਈ ਤਾਂ ਕੀ ਕਰਨੀ। ਵਿਭੂਤ, ਵਿਭੂਤੀ ਵੀ ਕੋਈ ਨਹੀਂ ਕਰ ਰਹੇ ਨੀ, ਡੰਗਰ ਪਸ਼ੂ ਮੱਝਾਂ ਗਊਆਂ ਟਰੈਕਟਰ ਸਭ ਕੁਝ ਜਾਂਦਾ ਰਹੂਗਾ ਉਹਦੇ ਕੋਲ। ਹੱਥ ਤੇਜ਼ ਵਿਭੂਤ, ਅੰਤ ਕੀ ਹੋ, ਅੰਤ ਦੁਖੀ ਮਰ ਹੈ। ਅੰਤ ਨੂੰ ਉਹ ਫਿਰ ਦੁਖੀ ਹੋ ਕੇ ਹਾਏ ਹਾਏ ਕਰੇ ਦਿਨ ਰਾਤ, ਉਹਨੂੰ ਮੌਤ ਵੀ ਨਹੀਂ ਸੰਘੀਲਦੀ। ਮੌਤ ਵੀ ਕਹਿੰਦੀ ਮੈਂ ਨਹੀਂ ਅਜੇ ਲਿਜਾਣਾ, ਅਜੇ ਡਾਟ ਪੈ ਲੈਣ ਦਿਓ ਇਹਦਾ, ਇਹਦੇ ਅਜੇ ਇਹਨੂੰ ਹੋਰ ਲੈਲਾ ਲੈਲਾ ਕਰ ਲੈਣ ਦਿਓ, ਐਸਾ ਕੁਛ ਦੇਖ ਰਹੇ ਹੈ। ਗੁਰ ਕੇ ਤਨ ਕੋ ਨਰ ਜੋ ਹਰ ਹੈ ਹੱਥ ਤੇਜ਼ ਵਿਭੂਤ ਦੁਖੀ ਮਰ ਹੈ। ਤਾਂ ਤਾਂ ਇਸ ਤੋਂ ਸੰਤ ਮਹਾਰਾਜ ਦੇ ਸੇਵਕਾਂ 'ਚ ਤੁਸੀਂ ਅੱਜ ਦਾ ਅੰਤਰ ਉਸ ਵੇਲੇ ਦਾ, ਆਹ ਅਰੋੜੂ ਪ੍ਰਸ਼ਾਦ ਕਹਿੰਦੇ ਖਾਲਸਾ, ਡੇਲਿਆਂ ਨੂੰ ਡਾਕਟਰ, ਬੜੇ ਫਿਲਾਸਫਰ, ਮਿੱਸੇ ਪ੍ਰਸ਼ਾਦੇ ਗੁਰਸਾਗਰ ਮਸਤੂਆਣਾ ਸਾਹਿਬ ਦੇ, ਬਾਜਰੀ ਦੇ, ਛੋਲਿਆਂ ਦੇ, ਡੇਲਿਆਂ ਦਾ ਉੱਤੇ ਚਾਰ, ਅਤੇ ਉਹ 36 ਪਦਾਰਥਾਂ ਨੂੰ ਮਾਤ ਪਾ ਦਿੰਦਾ ਸੀ। ਸੰਤਪੁਰੇ ਮਿਹਰ ਨੇ ਕਲਾ ਸੰਤ ਮਹਾਰਾਜ ਨੂੰ ਰਾਜ ਮਿਸਤਰੀ, ਮੈਂ ਕੁਰਸ਼ੇਤਰ ਵੀ ਬੋਲਿਆ ਸੀ, ਸੇਵਾ ਹੁੰਦਿਆਂ 'ਚ ਹੀ ਬੋਲੀ ਗਿਆ ਕਿ ਮਹਾਰਾਜ ਜੇ ਲੋਕਾਂ ਦੇ ਘਰ ਜਾਂਦੇ ਹਾਂ, ਜ਼ਿਮੀਦਾਰਾਂ ਦੇ ਜਾਂਦੇ ਹਾਂ, ਕੰਮ ਕਰਦੇ ਹਾਂ, ਉਹ ਸ਼ੱਕਰ ਕੀ ਪਾਉਂਦੇ ਨੇ, ਆ ਪਾਈਆ ਪਾਈਆ ਨਹੀਂ, ਆਧਾ ਸੇਰ ਵੀ ਪਾ ਦਿੰਦੇ ਨੇ, ਤੁਸੀਂ ਇੱਥੇ ਲੰਗਰ ਦੇ ਪ੍ਰਸ਼ਾਦੇ ਪੱਕਦੇ ਨੇ ਸੁੱਕੇ ਹੀ, ਉਹ ਵੀ ਰੁੱਖੇ ਹੀ, ਕੋਈ ਚਾਰ ਚੂਰ ਮਿਲ ਗਿਆ ਮਿਲ ਗਿਆ, ਡੇਲਿਆਂ ਦਾ ਕਿਰਕਿਰੀਰਾਂ ਦਾ ਸੁੱਕੇ ਹੀ। ਅਸੀਂ ਇੱਥੇ ਵੀ ਅਠਿਆਨੀ ਦਿਹਾੜੀ ਦੀ ਹੁੰਦੀ, ਅਠਿਆਨੀ ਅੱਠ ਆਨੇ ਰਾਜ ਦੇ ਅੱਠ ਆਨੇ ਹੁੰਦੇ ਸੀ, ਦੁਆਨੀ ਟੋਕਰੀ ਵਾਲੇ ਦੀ ਸੀ ਜਾਂ ਨਹਿਰ ਨਿਕਲੀ ਆ, ਪਿਤਾ ਜੀ ਨੇ ਮੇਰੇ ਨੇ ਮੈਨੂੰ ਇਹ ਦੱਸਿਆ, ਕਹਿੰਦੇ ਦੋ ਆਨੇ 80 ਔਰ 85 'ਚ, 5 ਸਾਲ 'ਚ ਨਹਿਰ ਨਿਕਲੀ ਅਠਿਆਨੀ ਰਾਜਾਂ ਦੀ। ਪਿਤਾ ਜੀ ਦੇ ਹਮ ਉਮਰ ਮੈਂ ਇਹ ਕਹੂੰਗਾ 6 ਸਾਲ 6 ਮਹੀਨੇ ਦਾ ਕੋਈ ਫਰਕ ਨਹੀਂ ਮੇਰੇ ਦਾਸ ਦੇ, ਜਿਨ੍ਹਾਂ ਨੇ ਜਨਮ ਦਿੱਤਾ ਪਿਤਾ ਜੀ ਦਾ ਅਤੇ ਸੰਤ ਮਹਾਰਾਜ ਦੇ ਅਵਤਾਰ ਦਾ, ਉਮਰਾਂ ਇਕੱਠੀਆਂ ਮਿਲਦੀਆਂ ਨੇ ਤਕਰੀਬਨ ਜਾ ਕੇ। ਉਹਨਾਂ ਨੇ ਇਹ ਬਚਨ ਬੜੇ ਪਿਆਰ ਦੇ, ਸੰਤ ਮਹਾਰਾਜ ਦੇ ਚਾਚਾ ਜੀ ਨੇ ਤਾਂ ਕਹਿਣਾ ਕਿ ਉਹ 15 ਸਾਲ ਛੋਟੇ ਸੀ ਪਿਤਾ ਜੀ ਤੋਂ, ਜਿਨ੍ਹਾਂ ਨੇ ਦਦੌੜੀ ਅਤੇ ਮਟਕੀ ਲਿਜਾਣੀ ਕੀਤੀ ਸੀ। ਤੋ ਸੰਤਪੁਰਾ ਮਿਹਰ ਨਾ ਕਲਾਂ, ਸੰਤ ਨਰੈਣ ਸਿੰਘ ਜੀ ਦਾ ਨਗਰ, ਮਹਾਰਾਜ ਨੇ ਉੱਥੇ 81 ਮਸਤੂਆਣੇ ਤੋਂ ਬਾਅਦ ਜਾ ਕੇ ਇੱਕ ਕਰੀਰ ਹੇਠੇ ਡੇਰਾ ਲਾ ਲਿਆ ਸੀ, ਛੱਡ ਕੇ ਮਸਤੂਆਣਾ ਸਾਹਿਬ, ਆਓ ਭਾਈ ਇਹ ਆਪੋ ਆਪਣੇ ਘਰਾਂ ਨੂੰ ਲੰਘ ਲਓ, ਜਿਹਨੇ ਸਾਡੇ ਨਾਲ ਚੱਲਣਾ ਉਹ ਸਾਡੇ ਨਾਲ ਚਲੋ, ਨਹੀਂ ਜੋੜੀ ਜੋੜੀ ਬਿਹੰਗਮਾਂ ਦੀ ਇੱਥੋਂ ਨਿਕਲਿਓ, ਇੱਕ ਕਸ਼ਹਿਰਾ ਭਰਨਾ ਉਹ ਵੀ ਨਾ ਦੇਖਿਓ, ਖੇਸੀ ਵੀ ਨਹੀਂ ਚੱਕਣੀ ਹੋਊਗੀ ਇੱਥੋਂ ਤੁਸੀਂ ਕਿਸੇ ਨੇ, ਤਿਆਗ ਦਾ ਮੂਰਤ ਸਰੂਪ ਇਹ ਹੈ ਮਹਾਰਾਜ ਸੰਤਪੁਰੇ। ਸੇਵਾ ਚੱਲਦੀ ਹੈ, ਰਾਜਾ ਨੇ ਸਵਾਲ ਕੀਤਾ, ਮਹਾਰਾਜ ਕਹਿੰਦੇ ਲੰਗਰ 'ਚੋਂ ਪ੍ਰਸ਼ਾਦਾ ਲਓ, ਜਿਵੇਂ ਗੁਰੂ ਨਾਨਕ ਸਾਹਿਬ ਖੁਦ ਐਸਾ ਸਰੂਪ ਧਾਰਨ ਕਰਕੇ ਮਲਕ ਭਾਗੋ ਦਾ ਅਤੇ ਇੱਧਰ
ਕਿਆ ਕਮਾਲ ਦੀ ਗੱਲ ਹੈ। ਇੱਕ ਪਾਸੇ ਉਹਦੇ ਮਾਲ ਪੂੜੇ ਸੱਲਾ ਭੱਬਾ ਸਭ ਕੁਝ ਚੱਲ ਰਿਹਾ, ਇੱਕ ਪਾਸੇ ਭਾਈ ਲਾਲੋ ਹੈ, ਉਹਦੇ ਕੋਧਰੇ ਦਾ ਪ੍ਰਸ਼ਾਦ, ਆਹੀ ਕੋਧਰਾ ਬਾਜਰੇ ਦੇ ਰੂਪ ਵਿੱਚ, ਬਾਜਰੀ ਦੇ ਰੂਪ ਵਿੱਚ ਇਹੋ ਜਿਹੇ ਕੋਧਰਾ ਹੁੰਦਾ ਹੈ। ਰਾਜਸਥਾਨ 'ਚ ਪਤਾ ਲੱਗਦਾ ਤਿੰਨ ਵਸਤੂਆਂ ਦਾ ਇਹਨਾਂ ਦਾ, ਕਿ ਕੋਧਰਾ ਕਿਹੜਾ, ਬਾਜਰੀ ਕਿਹੜੀ ਹੈ ਅਤੇ ਬਾਜਰਾ ਕਿਹੜਾ। ਹੁਣ ਤਾਂ ਬੀਜਣੋ ਹੀ ਛੱਡੇ ਗਏ ਨੇ, ਛਕਣਾ ਤਾਂ ਕਿਹਨੇ ਹੈ, ਤਾਂ ਹੀ ਬਿਮਾਰ ਹੋ ਰਹੀ ਆ ਦੁਨੀਆ, ਤਾਂ ਹੀ ਬਿਮਾਰੀਆਂ ਲੱਗੀਆਂ ਨੇ। ਐਡਾ ਐਂ ਲਿਆ ਕੇ ਮਹਾਰਾਜ ਨੇ, ਲੈ ਭਾਈ ਮਲਕ ਪਾਗੋ, ਆਹ ਦੇਖ, ਆ ਇੱਕ ਖੂਨ ਦੀ ਤਾਰਾ ਪੈਂਦੀ ਹੈ, ਇੱਧਰ ਅੰਮ੍ਰਿਤ ਦੀ ਤਾਰਾ, ਦੁੱਧ ਦੀ ਤਾਰਾ ਪੈਂਦੀ ਹੈ। ਐਂ ਸੰਤ ਮਹਾਰਾਜ ਨੇ ਜਾਂ ਨਿਚੋੜਿਆ ਪ੍ਰਸ਼ਾਦੇ ਦੇ ਵਿੱਚੋਂ ਘਿਓ ਐਂ ਚੋਂਦਾ ਹੈ। ਇਹਨੂੰ ਹੱਕ ਸੱਚ ਦੀ ਕਮਾਈ ਕਹਿੰਦੇ ਨੇ। ਸੱਚ ਬੋਲਣਾ ਕਮਾਈ ਕਰੀਏ ਧਰਮ ਦੀ, ਫਿਰ ਬਾਬਾ ਬੇੜਾ ਬੰਨੇ ਲਾਊਗਾ। ਸੱਚ ਬੋਲੀਏ ਕਮਾਈ ਕਰੀਏ ਧਰਮ ਦੀ, ਬਾਬਾ ਬੇੜਾ ਬੰਨੇ ਲਾਊਗਾ। ਸੱਚ ਬੋਲੀਏ ਕਮਾਈ ਕਰੀਏ ਧਰਮ, ਉਹ ਕਮਾਈ ਕਰੀਏ ਧਰਮ ਦੀ, ਬਾਬਾ ਬੇੜਾ ਬੰਨੇ ਲਾਊਗਾ। ਬਾਬਾ ਬੇੜਾ ਬੰਨੇ ਲਾਊਗਾ। ਸੱਚ ਬੋਲੀਏ ਕਮਾਈ ਕਰੀਏ ਧਰਮ ਦੀ। ਇੰਨਾ ਲਟਕਣਾ ਪੈਂਦਾ ਫਿਰ ਬਾਬਾ ਬੇੜਾ ਬੰਨੇ ਲਾਊਗਾ। ਭਗਤਾਂ ਕੀ ਚਾਲ ਨਿਰਾਲੀ, ਚਾਲ ਹੈ ਨਿਰਾਲੀ, ਭਗਤਾਂ ਕੇਰੀ ਭਿਖ ਮਾਰ ਲਭ ਲੋਭ ਹੰਕਾਰ, ਬਹੁਤਾ ਨਾਹੀ ਬੋਲ ਖੰਨਿਓ ਸਿੱਖੀ ਮਾਲੂ
ਮਾਰਗ ਜਾ।